आवाज आ रही मेरी गंगा सिंह? हाँ जी हाँ जी आ रही है जी, बिल्कुल सही आ रही है। पहली पहली गल तो तुहानू बहुत बहुत बधाइया, तुहाडे जिहड़े स्पाउस वीजा जिहड़े सक्सेस होया, हाँ जी हाँ जी। कुछ थोड़ा दसोगे कि भी तुसी जद आए सी पहला ते केड़े हालात च तुसी साडे कोल आए, स्पाउस वीजा दी कोई प्रॉब्लम सी? मेरे ख्याल एक बार दो बार रिफ्यूज हो चुके सी ना पहला, शायद दो बार स्पाउस ते मेरा एक बार होया सीगा, पहला मैं जी अपनी फैमिली नाल है ना अप्लाई कीता सीगा। उस टाइम अच्छा जो अपनी फैमिली नाल अप्लाई कीता सी, उदों मेरा उन्होंने बीएफएस ऑफिस वाले ने ओ गगन लिखता सीगा, गगन सिंह अच्छा अच्छा गंगा उन्हां दी तों। गगन, हाँ जी हाँ जी। ओ जदों अच्छा ट्रैकिंग आईडी ते जदों भी जिद्दां चंडीगढ़ चल गई फिर उत्तों दिल्ली, ओ गगन लिखिया हुंदा सीगा। अच्छा 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 हाँ जी। ਉਹ ਉਹਨਾਂ ਨੇ ਫਿਰ ਜਦੋਂ ਲਾਇਆ ਕਿ ਰਿਫਿਊਜ਼ਲ ਲਾਈ ਕਿ ਤੁਹਾਡੀ ਆਇਡੈਂਟੀ ਵੀ ਗਲਤ ਆ, ਹੋਰ ਵੀ ਉਹਨਾਂ ਨੇ ਦੋ ਤਿੰਨ ਲਾਏ ਸੀਗੇ, ਤੇ ਬਾਅਦ ਵਿੱਚ ਆਹ ਸਪਾਉਂਸ ਦਾ ਲਾਇਆ ਸੀਗਾ ਜੀ ਮਾਰਚ ਵਿੱਚ, ਅੱਛਾ ਅਪ੍ਰੈਲ 12 ਅਪ੍ਰੈਲ ਨੂੰ ਲਾਇਆ ਸੀਗਾ ਜੀ, ਤੇ ਜੀ ਠੀਕ ਹੈ 14 ਨੂੰ ਮੇਰੇ ਫਿੰਗਰ ਪ੍ਰਿੰਟ ਆਉਂਦੇ ਆ, ਤੇ 22 ਨੂੰ ਮੈਂ ਫਿੰਗਰ ਪ੍ਰਿੰਟ ਕਰਾਏ, ਤੇ 24 ਨੂੰ ਮੇਰੀ ਰਿਫਿਊਜ਼ਲ ਦੇ ਦਿੱਤੀ ਸੀਗੀ ਉਹਨਾਂ ਨੇ, ਸਮਝ ਗਿਆ ਤੇ 2 ਮਹੀਨਿਆਂ ਬਾਅਦ ਜੀ ਉਹਨਾਂ ਨੇ ਜਦੋਂ ਫੇਰ ਫਾਈਲ ਹੀ 24 ਤਰੀਕ ਨੂੰ ਏਜੰਟ ਨੇ ਲਾਤੀ ਸੀਗੀ, ਕੈਨੇਡਾ ਤੋਂ ਸੀ ਏਜੰਟ, ਉਹਨੇ ਚੌਵੀ ਅੱਛਾ ਤਰੀਕ ਲਾਈ ਸੀਗੀ ਜੀ, ਤੇ 26 ਤਰੀਕ ਨੂੰ ਐਪਲੀਕੇਸ਼ਨ ਨੰਬਰ ਆਇਆ ਮੇਰਾ, ਤੇ ਅੱਛਾ ਪੂਰੇ 2 ਮਹੀਨਿਆਂ ਬਾਅਦ ਮੇਰੇ ਉਹਨਾਂ ਨੇ ਇੰਟਰਵਿਊ ਦੇ ਦਿੱਤੀ, ਤੇ ਅੱਛਾ ਚਲੋ ਮੇਰੇ 5 ਕੁ ਦਿਨ ਤਾਂ ਚਲੋ ਮੇਰੇ ਨੋਰਮਲ ਲੰਘੇ ਕਿ ਚਲੋ ਫੋਟੋਜ਼ ਵਗੈਰਾ ਜਾਂ ਐਲਬਮ ਵੀ ਉਹਨਾਂ ਨੇ ਮੰਗਣੀ ਆ, ਤੇ ਉੱਥੇ ਫਿਰ ਬਾਅਦ ਵਿੱਚ ਮੈਂ ਨਾ ਮੈਂ ਕਿਹਾ ਚਲੋ ਇੱਕ ਵਾਰ ਦੇਖਦੇ ਹਾਂ ਟਰਾਈ ਕਰਕੇ, ਮੈਂ ਯੂਟਿਊਬ ਤੇ ਦੇ ਮਾਰਿਆ ਕੈਨੇਡਾ ਇੰਟਰਵਿਊ ਸਪਾਊਸ ਇਦਾਂ ਲਿਖਿਆ, ਤੇ ਉਹ ਤੁਹਾਡਾ ਮੈਂਸ਼ਨ ਹੋਇਆ। ਕੀ ਲਿਖਿਆ ਕੈਨੇਡਾ ਇੰਟਰਵਿਊ ਸਪਾਊਸ ਇਹਦਾ ਲਿਖਿਆ? ਹਾਂਜੀ ਹਾਂਜੀ। ਉਹ ਬਾਅਦ ਵਿੱਚ ਇੱਦਾਂ ਹੀ ਮੈਂ ਕੀਤਾ, ਤੇ ਗਾਂਹ ਤੋਂ ਗਾਂਹ ਜਿੱਦਾਂ ਨਿਕਲੀ ਆਉਂਦੇ ਹੁੰਦੇ ਅੱਗੇ, ਉਹ ਤੁਹਾਡਾ ਲਿਖਿਆ ਹੋਇਆ ਸੀਗਾ, ਤੇ ਅੱਛਾ ਅੱਛਾ ਮੈਂ ਅੱਛਾ ਘੱਟੋ ਘੱਟ ਨੀ ਜੀ ਐਵੇਂ ਤੁਹਾਨੂੰ ਕਵਾਂ 2-3 ਘੰਟੇ ਮੈਂ ਤੁਹਾਡੀਆਂ ਜਿੱਦਾਂ ਵੀਡੀਓ ਗਾਂਹ ਤੋਂ ਗਾਂਹ ਦੇਖੀ ਗਿਆ, ਉਹ ਫੇਰ ਜਿੱਦਾਂ ਜਿੱਦਾਂ ਮੈਂ ਦੇਖਿਆ ਤਾਂ ਮੇਰੀ ਟੈਨਸ਼ਨ ਵੀ ਥੋੜੀ ਜਿਹੀ ਵਧੀ ਕਿ ਮੈਨੂੰ ਨੌਲੇਜ ਹੈ ਨੀ ਗੀ, ਫੇਰ ਮੈਂ ਇੱਦਾਂ ਹੀ ਆਪਣੀ ਵਾਈਫ ਨਾਲ ਗੱਲ ਕੀਤੀ, ਤੇ ਉਹ ਕਹਿੰਦੀ ਤੁਸੀਂ, ਉਹ ਵੀ ਥੋੜਾ ਜਿਹਾ ਡਾਊਟ ਵਿੱਚ ਸੀਗੀ ਕਿ ਕੋਈ ਬਾਹਲੀ ਇੰਨੀ ਇੰਟਰਵਿਊ ਜ਼ਿਆਦਾ ਹਾਰਡਲੀ ਨਹੀਂ ਲੈਂਦੇ ਉਹ, ਤੇ ਮੈਂ ਉਹਨੂੰ ਸਮਝਾਇਆ ਮੈਂ ਕਿਹਾ ਇੰਨੀ ਨੋਰਮਲ ਨਹੀਂ ਹੈਗੀ ਇਹ, ਤੇ ਇੱਦਾਂ ਹੀ ਫੇਰ ਕਰਦੇ ਕਰਦੇ ਫੇਰ ਉਹ ਮੰਨ ਗਈ, ਤੇ ਫੇਰ ਤੁਹਾਡੇ ਨਾਲ ਜਿੱਦਾਂ ਆਵਾਜ਼ ਕੱਟ ਗਈ ਹੈ ਗੰਗਾ ਸਿੰਘ, ਆਵਾਜ਼ ਤੁਹਾਡੀ ਵੀਡੀਓ ਵੀਡੀਓ ਕੱਟ ਰਹੀ ਹੈ ਮੇਰੇ ਖਿਆਲ। ਗੰਗਾ ਸਿੰਘ ਆਵਾਜ਼ ਕੱਟ ਗਈ ਹੈ ਮੇਰੇ ਖਿਆਲ, ਵੀਡੀਓ ਆ ਰਹੀ ਹੈ ਬਸ। ਅੱਛਾ 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 ਚਲੋ ਕੋਈ ਗੱਲ ਨੀ, ਉਹ ਤਾਂ ਵਿੱਚ ਫੋਨ ਆਉਂਦੇ ਤੇ ਕੱਟਿਆ ਜਾਂਦਾ। ਚਲੋ ਐਨੀਵੇ, ਤੇ ਗੱਲ ਜਿਹੜੀ ਆਪਾਂ ਕਰ ਰਹੇ ਸੀ ਕਿ ਵੀ ਇੰਟਰਵਿਊ ਆਸਾਨ ਹੈ ਜਾਂ ਮੁਸ਼ਕਿਲ ਹੈ, ਉਹ ਤਾਂ ਪਤਾ ਹੋਏਗਾ ਕਿ ਵੀ ਜਦ ਲੋਕਾਂ ਨੂੰ ਪਤਾ ਹੈ ਕਿ ਵੀ ਇਹ ਕੁਐਸਚਨ ਦਾ ਜਵਾਬ ਅਸੀਂ ਦੇ ਸਕਦੇ। ਪਹਿਲੀ ਗੱਲ ਤੇ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੁਐਸਚਨ ਕਿਹੜੇ ਪੁੱਛੇ ਆਨੇ, ਸਹੀ ਗੱਲ ਹੈ ਜੀ, ਕਿਉਂਕਿ ਅਸੀਂ ਸੋਚਦੇ ਹਾਂ ਕਿ ਵੀ ਇਹ ਤੇ ਨੋਰਮਲ ਜੀ ਹਸਬੈਂਡ ਵਾਈਫ ਦਾ ਪੁੱਛਣਾ, ਜੀ ਹਸਬੈਂਡ ਦਾ ਨਾਮ ਕੀ ਹੈ, ਜੀ ਵਾਈਫ ਦਾ ਨਾਮ ਕੀ ਹੈ, ਕਦੋਂ ਗਈ, ਕਦੋਂ ਵਾਪਿਸ ਆਏ, ਫਾਰਾ ਇਸ ਤੋਂ ਜ਼ਿਆਦਾ ਡੂੰਘਾਈ ਤੱਕ ਉਹਨਾਂ ਨੇ ਉਹ ਸਵਾਲ ਜਵਾਬ ਕਰਨੇ ਹੁੰਦੇ ਆ, ਤੇ ਹਾਂਜੀ ਇੱਕ ਹਾਂਜੀ ਉਹਨਾਂ ਨੇ ਹਾਂਜੀ ਕੁਛ ਭੇਜ ਕੇ ਨਾ ਉਹ ਕੱਢਣਾ ਹੁੰਦਾ ਕਿ ਵੀ ਇਹ ਮੈਰਿਜ ਜੈਨੂਨ ਹੈ ਕਿ ਨਹੀਂ ਹੈ। ਹਾਂਜੀ, ਉਹਨਾਂ ਨੇ ਬਹੁਤ ਜਿੱਦਾਂ ਕਿ ਕਨਫਿਊਜ਼ ਜਿਹਾ ਕੀਤਾ ਬਹੁਤ ਜ਼ਿਆਦਾ ਜਿੱਦਾਂ, ਤੇ ਹਾਂਜੀ ਮੇਰਾ ਜਾਂਦਾ ਹੀ ਉਹਨਾਂ ਨੇ ਪਹਿਲਾਂ ਮੇਰੇ ਤੋਂ ਪਾਸਪੋਰਟ ਲਿਆ ਮੇਰਾ, ਤੇ ਇੱਕ ਮਿੰਟ ਕੋਈ ਨੀ ਮੈਂ ਬਲੋਨਾ ਮਾੜਾ ਜਿਹਾ ਬੰਦ ਕਰੋ, ਮੈਂ ਗੱਲ ਕਰ ਰਿਹਾ ਆ, ਹਜੇ ਠਹਿਰ ਜਾਓ ਆਏ ਹੁਣ। ਹਾਂਜੀ ਹਾਂਜੀ ਸੋਰੀ ਸਰ। ਨਹੀਂ ਦੱਸ ਓਕੇ ਦੱਸ ਓਕੇ ਦੱਸ ਓਕੇ ਪਹਿਲਾਂ ਪਹਿਲਾਂ ਮੈਨੂੰ ਇਹ ਦੱਸੋ ਕਿ ਜਿਹੜੇ ਸਵਾਲ ਆਪਾਂ ਪ੍ਰੈਕਟਿਸ ਕਰ ਰਹੇ ਸੀ ਤੁਹਾਡੇ ਨਾਲ, ਉਹ ਸਵਾਲਾਂ ਵਿੱਚ ਸਾਰੇ ਆਏ ਕਿ ਨਹੀਂ ਆਏ?
ਸਰ ਜੋ ਭਾਜੀ ਉਹ ਤੁਸੀਂ ਜਿਹਨਾਂ ਨੂੰ ਮਿਲਾਇਆ ਸੀਗਾ ਭਾਜੀ ਉਹਨਾਂ ਨਾਲ, ਉਹ ਹਾਂ ਬਹੁਤ, ਮੈਂ ਕਹਿੰਦਾ ਵੀ ਮੈਂ ਇੱਦਾਂ ਦੇ ਬੰਦੇ ਨੂੰ ਨਹੀਂ ਜੀ ਮਿਲਿਆ, ਵਾਹ ਬਹੁਤ ਵਾਹ ਗੱਲ ਕਰਨ ਦਾ ਤਰੀਕਾ ਬਹੁਤ ਹੀ ਵਧੀਆ ਉਹਨਾਂ ਦਾ, ਹਾਂ ਮੈਂ ਬਹੁਤ, ਮੈਨੂੰ ਵਧੀਆ ਲੱਗਾ ਉਹਨਾਂ ਨਾਲ ਗੱਲ ਕਰਕੇ, ਉਹ ਸੂਝਵਾਨ ਬੰਦਾ ਜਿੱਦਾਂ ਬੰਦਾ ਬਹੁਤ ਜ਼ਿਆਦਾ, ਮਾਹਿਰ ਹੈ ਉਹ, ਗੁਰੂ ਮਾਸਟਰ ਹੈ ਇੰਟਰਵਿਊ ਦਾ ਐਕਚੁਅਲੀ। ਜਿੱਦਾਂ ਗੱਲ ਕਰਨ ਦਾ ਤਰੀਕਾ ਜਿਹੜਾ ਨਾ ਬੰਦਾ, ਬਸ ਵਧੀਆ ਲੱਗਦਾ ਬਹੁਤ ਜ਼ਿਆਦਾ। ਤੇ ਤੁਸੀਂ ਬਾਰੇ ਪੁੱਛਣਾ ਸੀ? ਉਹ ਆਪ ਹੀ ਇੰਟਰਵਿਊ ਆਪਣੀ ਪਾਸ ਕਰਕੇ ਇਸ ਵਕਤ ਵੈਨਕੂਵਰ ਤੇ ਵਿਰਾਜਮਾਨ ਹੈ, ਵੈਨਕੂਵਰ ਬੈਠੇ ਹੋਏ ਹੈ। ਹਾਂਜੀ ਹਾਂਜੀ, ਮੈਂ ਉਹਨਾਂ ਦੀ ਪੂਰੀ ਉਹ ਤੁਸੀਂ ਪਾਈ ਸੀ ਯੂਟਿਊਬ ਤੇ, ਮੈਂ ਪੂਰੀ ਦੇਖੀ ਸੀਗੀ ਉਹਨਾਂ ਦੀ, ਤੇ ਉਸ ਤੋਂ ਬਾਅਦ ਵੀ ਡਿਸੀਜਨ ਲਿਆ ਸੀਗਾ ਮੈਂ ਵੀ। ਠੀਕ ਹੈ ਠੀਕ ਤੇ ਹੈ ਠੀਕ ਹੈ ਉਹਨਾਂ ਠੀਕ ਹੈ। ਨੇ, ਮੈਂ ਜਿੱਦਣ ਪਹਿਲੇ ਦਿਨ ਹੀ ਮੈਨੂੰ ਨਾ ਦੱਸਤਾ ਸੀਗਾ ਉਹਨਾਂ ਨੇ ਕਿ ਤੁਹਾਡਾ ਨੈਗੇਟਿਵ ਪੁਆਇੰਟ ਇਹ ਆ ਕਿ ਤੁਹਾਡੀ ਜਿਹੜੀ ਵਾਈਫ ਦਾ ਆ 30 ਅਕਤੂਬਰ ਨੂੰ ਵੀਜ਼ਾ ਖਤਮ ਹੁੰਦਾ ਪਿਆ, ਉਹਨਾਂ ਨੇ ਮੈਨੂੰ ਉਤਨੇ ਹੀ ਦੱਸਤਾ ਸੀਗਾ, ਤੇ ਮੈਂ ਉਹਦੇ ਤੇ ਵੀ ਤਿਆਰੀ ਜਿੱਦਾਂ ਆਪਣੀ ਕਰਨੀ ਸ਼ੁਰੂ ਕੀਤੀ ਕਿ ਹਾਂ ਕਿ ਮੈਨੂੰ ਜਵਾਬ ਪੁੱਛ ਸਕਦੇ ਆ ਇਹ, ਤੇ ਉਹਨਾਂ ਨੇ ਇਦਾਂ ਹੀ ਹੋਈ। ਤੇ ਜਦੋਂ ਮੈਂ ਪਾਸਪੋਰਟ ਦਿਖਾਇਆ ਤੇ ਮੇਰੀ ਐਵੇਂ ਤੁਹਾਨੂੰ ਕਹਾਂ ਵਾਈਫ ਦਾ ਨਾਮ ਨਹੀਂ ਚੜਿਆ ਹੋਇਆ ਸੀਗਾ, ਨਾ ਸਾਨੂੰ ਕਿਸੇ ਨੇ ਗਾਈਡ ਕੀਤਾ ਸੀਗਾ ਸਹੀ ਤਰ੍ਹਾਂ, ਤੇ ਜਦੋਂ ਫੇਰ ਉਹ ਗੱਲ ਮੁੱਕੀ ਕਿ ਤੁਹਾਡਾ ਨਾਮ ਨਹੀਂ ਚੜਿਆ, ਮੈਂ ਕਿਹਾ ਸਰ ਟਾਈਮ ਬਹੁਤ ਥੋੜਾ ਸੀਗਾ ਸਾਡੇ ਕੋਲ, ਤੇ ਸਾਰਾ ਕੁਝ ਜਲਦੀ ਜਲਦੀ ਹੋਇਆ, ਕਹਿੰਦੇ ਇਹ ਕੋਈ ਇਸ਼ੂ ਨਹੀਂ ਹੈਗਾ ਕਿ ਇਹ ਜ਼ਰੂਰੀ ਸੀ, ਤੁਹਾਡਾ ਰਿਲੇਸ਼ਨਸ਼ਿਪ ਆ ਜਿਹੜਾ ਕਿ ਐਗਰੀ ਨਹੀਂ ਹੋ ਰਿਹਾ ਕੋਈ ਇਹ, ਤੇ ਉਹ ਗੱਲ ਕੀ, ਤੇ ਫੇਰ ਕਹਿੰਦੇ ਇਨਰੋਲਮੈਂਟ ਦੇ ਲੈਟਰ ਦਿਓ, ਫੇਰ ਉਹ ਮੈਂ ਦਿੱਤੇ, ਤੇ ਬਾਅਦ ਵਿੱਚ ਕਹਿੰਦੇ ਸਟੱਡੀ ਪਰਮਿਟ ਦਿਓ, ਤੇ ਉੱਥੇ ਕਹਿੰਦੇ ਕਿ ਤੇਰੀ ਵਾਈਫ ਦਾ ਤਾਂ 30 ਅਕਤੂਬਰ ਤੱਕ ਆ, ਕਿ ਤੁਹਾਨੂੰ ਪਤਾ ਨਹੀਂ ਸੀ, ਫਾਈਲ ਨਹੀਂ ਲਾਉਣੀ ਚਾਹੀਦੀ ਸੀ ਤੁਹਾਨੂੰ, ਕਿ ਉਹਨੂੰ ਪਤਾ ਹੋਣਾ ਚਾਹੀਦਾ ਸੀਗਾ, ਤੇ ਫਿਰ ਮੈਂ ਕਿਹਾ ਜੀ ਐਪਲੀਕੇਸ਼ਨ ਨੰਬਰ ਹੈਗਾ ਆ, ਤੇ ਕਹਿੰਦੇ ਨਹੀਂ ਨਹੀਂ ਉਹ ਕੋਈ ਨਹੀਂ, ਕਹਿੰਦੇ ਮੈਟਰ ਕਰਦਾ ਉਹ, ਕਹਿੰਦੇ ਇੱਦਾਂ ਹੁਣ ਜਿਹਨੇ ਪ੍ਰਧਾਨ ਮੰਤਰੀ ਜਾਂ ਉਹ ਭਰਦੇ ਆ ਐਪਲੀਕੇਸ਼ਨ ਨੰਬਰ ਭਰਦੇ ਆ, ਤਾਂ ਇੱਦਾਂ ਉਹ ਕਹਿੰਦੇ ਉਹ ਪ੍ਰਧਾਨ ਮੰਤਰੀ ਬਣ ਜਾਂਦੇ ਆ, ਮੈਂ ਕਿਹਾ ਸਰ ਨਹੀਂ, ਤੇ ਕਹਿੰਦੇ ਬਸ ਜ਼ਰੂਰੀ ਸੀਗਾ ਇਹ ਵੀ, ਤੇ ਬਾਅਦ ਵਿੱਚ ਫਿਰ ਮੇਰੀਆਂ ਹੁਣ ਰਿਫਿਊਜ਼ਲਸ ਵੀ ਲੱਗੀਆਂ ਹੋਈਆਂ ਸੀਗੀਆਂ, ਤੇ ਨਿਊਜ਼ੀਲੈਂਡ ਦੀ ਮੇਰੀ ਸਟੱਡੀ ਤੇ ਲੱਗੀ ਸੀਗੀ, ਤੇ ਇੱਕ USA ਦੀ, ਤੇ 2 ਕੈਨੇਡਾ ਦੀਆਂ ਸੀ, ਤੇ ਉਹਨਾਂ ਨੇ ਫੇਰ ਗੱਲ ਫੜ ਲਈ ਕਿ ਹਾਂ ਤੂੰ ਬਾਹਰ ਹੀ ਜਾਣਾ ਆ, ਕਿ ਤੂੰ ਵਿਆਹ ਹੀ ਇਸ ਕਰਕੇ ਕਰਾਇਆ, ਬਹੁਤ ਹੀ ਉਹ, ਮੈਂ ਮਨ ਵਿੱਚ ਚਲੋ ਮੈਂ ਨਰਵਸ ਤਾਂ ਨਹੀਂ ਹੋਇਆ, ਉਦਾਂ ਸੋਚਣ ਲੱਗ ਗਿਆ ਸੀਗਾ ਕਿ ਲੱਗਦਾ ਨਹੀਂ ਲੱਗਣਾ, ਤੇ ਉਹਨਾਂ ਨੇ ਬਹੁਤ ਕਿਹਾ ਕਿ ਹਾਂ, ਫੇਰ ਕਹਿੰਦੇ ਜਦੋਂ ਕਿਹਾ ਕਿ ਇੱਦਾਂ ਤੂੰ ਬਾਹਰ ਜਾਣ ਕਰਕੇ ਵਿਆਹ ਕਰਾਇਆ ਆ, ਤੇ ਫੇਰ ਕਹਿੰਦੇ ਸਟੱਡੀ ਕੀ ਆ ਤੇਰੀ ਵਾਈਫ ਦੀ, ਤੇ ਮੈਂ ਕਿਹਾ ਜੀ ਕਮਰਸ, ਉਹ MCOM ਉਹਨਾਂ ਨੇ ਮਾਸਟਰ ਆਫ ਕਮਰਸ ਵਿੱਚ ਕੀਤੀ ਆ, ਤੇ ਕਹਿੰਦੇ ਤੁਸੀਂ ਕਿੰਨੀ ਕੀਤੀ, ਮੈਂ ਕਿਹਾ ਮੈਂ 10+2 ਕਰਕੇ ਡਿਪਲੋਮਾ ਕੀਤਾ ਆਟੋ ਇਲੈਕਟ੍ਰੀਸ਼ਨ ਦਾ, ਤੇ ਕਹਿੰਦੇ ਉਹਨਾਂ ਦੇ ਹਿਸਾਬ ਨਾਲ ਤੁਹਾਡੀ ਸਟੱਡੀ ਬਹੁਤ ਘੱਟ ਆ, ਕਹਿੰਦੇ ਤੁਸੀਂ ਬਾਹਰ ਜਾਣ ਕਰਕੇ ਹੀ ਵਿਆਹ ਕਰਾਇਆ, ਤੇ ਮੈਂ ਕਿਹਾ ਸਰ ਇੱਦਾਂ ਦੀ ਗੱਲ ਕੋਈ ਨਹੀਂ, ਸਾਡੀ ਲਵ ਮੈਰਿਜ ਨਹੀਂ ਹੈਗੀ, ਤੇ ਮੇਰੀ ਪੇਰੈਂਟਸ ਦੀ ਰਜ਼ਾਮੰਦੀ ਨਾਲ ਸਾਡੀ ਮੈਰਿਜ ਹੋਈ ਆ, ਤੇ ਸਾਡੇ ਰਿਲੀਜਨ ਸੀ ਆਏ ਹੋਏ ਸੀਗੇ, ਤੇ ਕਹਿੰਦੇ ਐਲਬਮ ਦਿਖਾ ਆਪਣੀ, ਉਹ ਦਿਖਾਈ, ਤੇ ਫੇਰ ਜਦੋਂ ਮੈਂ ਦਿਖਾਈ ਤੇ ਜਿਹੜੇ ਮੇਰੀ ਵਾਈਫ ਦੇ ਫਾਦਰ ਸੀਗੇ ਉਹਨਾਂ ਦੇ ਵੀ ਜਿੱਦਾਂ ਮੇਰੇ ਵਾਂਗੂ ਵਾਈਟ ਕਲਰ, ਉਹ ਵੀ ਨਾਮਧਾਰੀ ਆ, ਤੇ ਉਹ ਕਹਿੰਦੇ ਕਿ ਅੱਛਾ ਸੇਮ ਕਮਿਊਨਿਟੀ ਆ, ਤੇ ਮੈਂ ਕਿਹਾ ਹਾਂਜੀ ਸੇਮ ਕਮਿਊਨਿਟੀ ਆ, ਫੇਰ ਉਹਨਾਂ ਨੂੰ ਥੋੜਾ ਜਿਹਾ ਫੀਲ ਹੋਇਆ ਕਿ ਹਾਂ ਕਿ ਰਿਲੇਸ਼ਨ ਸਹੀ ਆ ਇਹਨਾਂ ਦਾ, ਕਿ ਸੇਮ ਕਮਿਊਨਿਟੀ ਆ ਇਹਨਾਂ ਦੀ, ਤੇ ਬਾਅਦ ਵਿੱਚ ਕਹਿੰਦੇ ਘੁੰਮਣ ਫਿਰਨ ਕਿੱਥੇ ਗਏ ਫੋਟੋਜ਼ ਦਿਓ ਮੈਨੂੰ, ਤੇ ਉਹ ਮੈਂ ਫੋਟੋਜ਼ ਦਿੱਤੀਆਂ, ਗੋਲਡਨ ਟੈਂਪਲ ਅਸੀਂ ਗਏ ਸੀਗੇ, ਹੋਰ ਕੰਪਨੀ ਬਾਗ, ਤੇ ਉੱਥੇ ਮਾਰਕੀਟ ਬਹੁਤ ਵੱਡੀ ਆ ਗੋਲਡਨ ਟੈਂਪਲ ਦੇ ਆਲੇ ਦੁਆਲੇ, ਉਹ ਸਾਰੀਆਂ ਫੋਟੋ ਸੀਗੀਆਂ ਉਹ ਦੇਖੀਆਂ, ਤੇ ਬਾਅਦ ਵਿੱਚ ਫੇਰ ਕਹਿੰਦੇ ਤੂੰ ਚਲੋ ਰਿਲੇਸ਼ਨ ਕਹਿੰਦੇ ਸਹੀ ਆ ਤੁਹਾਡਾ, ਤੇ ਫੇਰ ਕਹਿੰਦੇ ਆ ਜੋ ਜੋ ਕੰਡੀਸ਼ਨ, ਕਹਿੰਦੇ ਤੁਸੀਂ ਉਹ ਕਰਾਇਆ ਆਪਣਾ ਮੈਡੀਕਲ, ਮੈਂ ਕਿਹਾ ਜੀ ਨਹੀਂ ਕਰਾਇਆ, ਕਹਿੰਦੇ ਤੁਸੀਂ ਪਹਿਲੇ ਬੰਦੇ ਹੋ ਜਿਨ੍ਹਾਂ ਨੇ ਮੈਡੀਕਲ ਨਹੀਂ ਕਰਾਇਆ, ਨਾ ਕਹਿੰਦੇ ਤੁਹਾਡੇ ਕੋਲ ਮੈਡੀਕਲ ਆ, ਨਾ ਤੁਹਾਡੇ ਵਾਈਫ ਦੀ ਉਹ ਸਟੱਡੀ ਪਰਮਿਟ ਹੈਗਾ ਆ ਅੱਗੇ ਦਾ, ਨਾ ਤਾਂ ਤੁਸੀਂ ਉਹਦਾ ਨਾਮ ਚੜਾਇਆ, ਤੇ ਇੱਦਾਂ ਦੇ 3 ਸੀਗੇ ਕਿ ਬਹੁਤ ਔਖਾ ਤੇਰਾ ਕਹਿੰਦੇ, ਤੇ ਇੱਕਦਮ ਹੀ ਪਤਾ ਨਹੀਂ ਫਿਰ ਉਹਨਾਂ ਨੂੰ ਕੀ ਹੋਇਆ, ਉਹਨਾਂ ਨੂੰ ਫਿਰ ਮੇਰੇ ਕੋਲ ਮੇਰੀ ਵਾਈਫ ਦੀ ਉਹ ਈਮੇਲ ਪੁੱਛੀ ਕੀ ਆ ਉਹਨਾਂ ਦੀ, ਮੈਂ ਫਿਰ ਦੱਸੀ, ਤੇ ਫਿਰ ਪਤਾ ਨਹੀਂ ਉਹਨਾਂ ਨੇ ਕੀ ਮਨ ਚ ਆਈ, ਕਹਿੰਦੇ ਕਿ ਮੈਂ ਉਹ ਮੈਡੀਕਲ ਦੇਣ ਲੱਗਾ ਆ ਹੁਣ, ਕੀ ਤੇਰਾ ਮੈਡੀਕਲ ਹੋਊਗਾ, ਤੇ 30 ਦਿਨਾਂ ਦਾ ਤੈਨੂੰ ਮੈਂ ਟਾਈਮ ਦਿੰਦਾ ਆ, ਤੇ 1 ਮੰਥ ਹੋ ਗਿਆ ਮੇਰੀ ਵਾਈਫ ਦੇ ਉਹ ਅਪਲਾਈ ਕੀਤੇ ਨੂੰ ਸਟੱਡੀ ਪਰਮਿਟ ਦਾ, ਤੇ
ਉਹ ਅਸੀਂ ਇੱਕ ਕਹਿੰਦੇ ਚੱਲ ਹਫ਼ਤੇ ਜਾਂ 2 ਹਫ਼ਤਿਆਂ ਵਿੱਚ ਆ ਜਾਣਾ, ਤੈਨੂੰ ਮੈਂ 30 ਦਿਨ ਦਾ ਟਾਈਮ ਦਿੰਦਾ ਹਾਂ, ਅਤੇ ਜੇ 30 ਦਿਨਾਂ ਵਿੱਚ ਤੇਰੀ ਵਾਈਫ ਦਾ ਸਟੱਡੀ ਪਰਮਿਟ ਆ ਗਿਆ ਤਾਂ ਫਿਰ ਕਹਿੰਦੇ ਤੂੰ ਆਪਣਾ ਮੈਡੀਕਲ ਕਰਾਈ, ਜੇ ਪਹਿਲਾਂ ਕਰਾਊਂਗਾ ਤਾਂ ਉਹ ਕਿ ਆ ਵੀ ਸਕਦਾ ਵੀਜ਼ਾ ਨਹੀਂ ਵੀ ਆ ਸਕਦਾ, ਇੱਦਾਂ ਮੈਨੂੰ ਉਹਨਾਂ ਨੇ ਕਿਹਾ, ਅਤੇ ਕਹਿੰਦੇ ਕਿ ਤੂੰ ਬਾਅਦ ਵਿੱਚ ਅਪਲਾਈ ਕਰੀ, ਅਤੇ ਮੇਰਾ ਜਿਹੜੇ ਪਾਸਪੋਰਟ ਸੀਗਾ ਉੱਤੇ ਵੀ ਫੋਟੋ ਜਿਹੜੀ ਆ ਮੇਰੇ ਦਾੜੀ ਨਹੀਂ ਆਈ ਹੋਈ, ਅਤੇ ਉਹ ਕਹਿੰਦੇ ਕਿ ਇਹ ਵੀ ਚੇਂਜ ਕਰਾ, 7 ਕੁ ਦਿਨ ਲੱਗਣੇ ਆ, ਅਤੇ ਤੇ ਆਪਣੀ ਵਾਈਫ ਦਾ ਨਾਮ ਵੀ ਚੜ੍ਹਾ, ਇੱਦਾਂ ਮੈਨੂੰ ਉਹਨਾਂ ਨੇ ਕਿਹਾ, ਅਤੇ ਮੈਂ ਕਿਹਾ ਵੀ ਠੀਕ। ਅਤੇ ਬਾਅਦ ਵਿੱਚ ਫਿਰ ਕਹਿੰਦੇ ਜਦੋਂ ਤੇਰੀ ਉਹ ਵਾਈਫ ਦਾ ਜਿਹੜਾ ਸਟੱਡੀ ਦਾ ਉਹ ਈਮੇਲ ਆਉਣੀ ਆ ਨਾ, ਉਹ ਨਾਲ ਸਾਨੂੰ ਭੇਜਣੀ ਆ, ਜਿਹੜਾ ਤੂੰ ਆਪਣਾ ਮੈਡੀਕਲ ਕਰਾਇਆ ਹੋਣਾ ਨਾ, ਉਹਦੇ ਨਾਲ ਆਪਣੀ ਉਹ ਵਾਈਫ ਦਾ ਸਟੱਡੀ ਦੀ ਉਹ ਈਮੇਲ ਨਾਲ ਭੇਜਣੀ ਉਹਦੇ, ਤੇ ਪਾਸਪੋਰਟ ਵੀ ਜਿਹੜਾ ਚੇਂਜ ਕਰਾਉਣਾ ਆ ਉਹਦੀ ਵੀ ਇੱਕ ਪਹਿਲੇ ਪਾਸਪੋਰਟ ਦੀ ਫੋਟੋ ਸਟੇਟ ਤੇ ਨਵੇਂ ਦੀ ਨਾਲ ਜੋ ਵੀ ਕਹਿੰਦੇ ਭੇਜਣਾ ਆ ਨਾਲ ਉਹ That's ਇੱਦਾਂ। right, ਤੇ that's right. That's good. ਇਹ actually ਕਈ ਲੋਕਾਂ ਦਾ ਇਸ ਤਰ੍ਹਾਂ ਖਿਆਲ ਹੈ ਕਿ ਵੀ ਮੈਡੀਕਲ ਕਰਾਉਣ ਦੀ ਲੋੜ ਨਹੀਂ, ਮੈਡੀਕਲ ਬਾਅਦ 'ਚ ਕਰਾ ਲਾਂਗੇ, ਪਹਿਲਾਂ ਵੀਜ਼ਾ 'ਤੇ ਆਏ, ਫਿਰ ਮੈਡੀਕਲ ਬਿੱਲ ਨੂੰ ਦੇਰ ਲੱਗਦਾ ਹੈ, ਮੈਡੀਕਲ ਰਿਜ਼ਲਟ ਆ ਕੇ ਅਪਾਇੰਟਮੈਂਟ ਲਓ, ਫਿਰ ਉਹ ਰਿਜ਼ਲਟ ਉਹ ਟ੍ਰਾਂਸਮਿਟ ਹੁੰਦਾ ਹੈ, ਫਿਰ ਕਈ ਵਾਰ ਡਿਲੇ ਹੋ ਜਾਂਦਾ ਕੰਮ। ਪਹਿਲਾਂ ਹੀ ਅਗਰ ਅਪਫਰੰਟ ਮੈਡੀਕਲ ਜਿਹਨੂੰ ਆਪਾਂ ਕਹਿੰਦੇ ਹਾਂ ਪਹਿਲਾਂ ਹੀ ਕਰਾ ਲਈਏ ਮੈਡੀਕਲ, ਤਾਂ ਫਿਰ ਇਹ ਸਟੇਜ ਆਉਣ ਦੀ ਗੁੰਜਾਇਸ਼ ਨਹੀਂ ਹੁੰਦੀ ਫਿਰ। ਹਾਂਜੀ ਹਾਂਜੀ, ਉਹਨਾਂ ਨੇ ਫਿਰ ਮੈਨੂੰ ਕਿਹਾ ਕਿ ਜਿਹੜੀ ਤੇਰੀ ਆ ਫੋਟੋ ਪਾਸਪੋਰਟ ਤੇ ਹੈਗੀ ਆ ਨਾ, ਇਹ ਤੈਨੂੰ ਦਿੱਕਤ ਆ ਸਕਦੀ ਰਾਸਤੇ ਵਿੱਚ, ਕਹਿੰਦੇ ਇੱਥੋਂ ਦਿੱਲੀ ਤੋਂ ਤੂੰ ਜਾ ਚਲ ਜੂਗਾ, ਤੇ ਜਦੋਂ ਕੈਨੇਡਾ ਪਹੁੰਚਣਾ ਉੱਥੇ ਤੈਨੂੰ ਘੇਰ ਲੈਣਾ ਕਿ ਇੱਥੇ ਤਾਂ ਤੇਰੀ ਸ਼ਕਲ ਐਨ ਚੇਂਜ ਹੋਈ ਆ, ਰਲਦੀ ਨਹੀਂ ਹੈਗੀ ਫੋਟੋ। ਅੱਛਾ ਹਾਂਜੀ, ਮੈਨੂੰ ਹਾਂ ਇੱਦਾਂ ਉਹਨਾਂ ਨੇ ਕਿਹਾ। ਠੀਕ ਹੈ ਠੀਕ ਹੈ, ਦੈਟਸ ਅ ਗੁੱਡ ਐਡਵਾਈਸ, ਅੱਛੀ ਵਧੀਆ ਉਹਨਾਂ ਨੇ ਸਲਾਹ ਤੁਹਾਨੂੰ ਦਿੱਤੀ ਹੈ। ਬਾਕੀ ਟੋਟਲ ਟੋਟਲ ਤੁਹਾਡੇ 4 ਵਾਰ ਰਿਫਿਊਜ਼ ਹੋ ਚੁੱਕੇ ਨਾ ਡਿਫਰੈਂਟ ਡਿਫਰੈਂਟ ਕੰਟਰੀਜ਼ ਦੇ। ਹਾਂਜੀ ਹਾਂਜੀ ਸਰ, ਦੇਖੋ ਸਰ ਜੀ, 4 ਵਾਰ ਰਿਫਿਊਜ਼ਲ ਹੋਣ ਦੇ ਬਾਅਦ ਤੁਸੀਂ ਕੈਨੇਡਾ ਦੀ ਪ੍ਰਵਾਨਗੀ ਤੁਹਾਨੂੰ ਮਿਲੀ ਹੈ, ਕੈਨੇਡਾ ਚੱਲੇ ਹੋ। ਮੈਨੂੰ ਲੱਗ ਰਿਹਾ ਕਿ ਤੁਹਾਡੇ ਜਿਹੜੇ ਕਿਸ ਤਰ੍ਹਾਂ ਤੁਸੀਂ ਤੇ ਅਰਦਾਸ ਕਰੋ, ਜਾ ਕੇ ਕੀਰਤਨ ਕਰੋ, ਜਾ ਕੇ ਪ੍ਰਮਾਤਮਾ ਦਾ ਸ਼ੁਕਰ ਕਰੋ, ਵਾਹਿਗੁਰੂ ਦਾ ਜਾਪ ਕਰੋ ਕਿ ਵੀ ਕੰਮ ਹੋ ਗਿਆ ਹੈ, ਤੇ ਤੁਸੀਂ ਹੁਣ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰੋਗੇ ਕੈਨੇਡਾ ਜਾ ਕੇ ਸਰ ਤੇ। ਮੈਂ ਹਾਂਜੀ ਹਾਂਜੀ ਇਹ ਪੁੱਛਣਾ ਸੀਗਾ, ਹਾਂ ਤੇ ਤਾਂ ਉਹਨਾਂ ਨੇ ਮੈਨੂੰ ਹੁਣ ਕਿਹਾ ਆ ਕਿ ਪਾਸਪੋਰਟ ਤੇ ਆਪਣੀ ਵਾਈਫ ਦਾ ਨਾਮ ਚੜ੍ਹਾ ਲਾ, ਉਹ ਜਿੱਦਾਂ ਸਹੀ ਆ ਮੈਂ ਚੜ੍ਹਾ ਲਵਾਂ ਉਹ, ਕੀ ਆ ਬਿਲਕੁਲ ਜਿਹੜੀ ਹੰਡਰਡ ਹੰਡਰਡ ਨਹੀਂ, ਚਲਾਉਣਾ ਚਾਹੀਦਾ ਹੈ, ਚਲਾਉਣਾ ਚਾਹੀਦਾ, ਬਿਲਕੁਲ ਕਰਾਓ ਕਰਾਓ ਜਾ ਕੇ। ਇਸ ਇੱਥੇ ਤਾਂ ਤੁਸੀਂ ਆਲਰੇਡੀ ਪੰਜਾਬ ਹੋ, ਤੁਸੀਂ ਕਰਾ ਸਕਦੇ ਹੋ, ਉਧਰ ਜਾ ਕੇ ਕਰਾਓਗੇ ਕੈਨੇਡਾ ਦੇ ਕਰਾਓਗੇ, ਉਹ ਤਾਂ ਬੜਾ ਥੋੜਾ ਟਾਈਮ ਕੰਜ਼ਿਊਮਿੰਗ ਹੈ, ਇੱਥੇ ਹੀ ਕਰਾ ਲਓ। ਹਾਂਜੀ, ਤੇ ਬਾਅਦ ਵਿੱਚ ਜਦੋਂ ਮੇਰਾ ਪਾਸਪੋਰਟ ਆ ਜਾਂਦਾ ਆ, ਤੇ ਵਾਈਫ ਦਾ ਵੀ ਉਧਰੋਂ ਮਸੀਂ 33 34 ਦਿਨ ਕਹਿੰਦੇ ਹੁੰਦੇ ਆ ਕਿ ਸਟੱਡੀ ਪਰਮਿਟ ਇਹਦੇ ਵਿੱਚ ਆ ਜਾਂਦਾ ਹੁੰਦਾ, ਹਾਂਜੀ ਆ ਜਾਂਦਾ ਹੁੰਦਾ ਜੀ ਹਾਂਜੀ ਜੀ ਆ ਜਾਂਦਾ, ਹਾਂ ਬਿਲਕੁਲ ਬਿਲਕੁਲ ਯੂ ਰਾਈਟ। ਉਹ ਤੁਸੀਂ ਉਹਨਾਂ ਦੀ ਪ੍ਰੋਸੈਸਿੰਗ ਟਾਈਮ, ਅਗਰ ਜੇ ਉਹਨਾਂ ਨੇ ਸਹੀ ਐਪਲੀਕੇਸ਼ਨ ਅਪਲਾਈ ਹੋਈ ਆ ਹਾਂਜੀ ਹਾਂਜੀ ਵਿਦਿਨ ਕੈਨੇਡਾ ਸਟੱਡੀ ਪਰਮਿਟ ਐਕਸਟੈਂਸ਼ਨ ਦੀ ਐਪਲੀਕੇਸ਼ਨ ਹੁੰਦੀ ਹੈ, ਤੁਸੀਂ ਆਨਲਾਈਨ ਕਰਦੇ ਹੋ ਤੇ ਆ ਜਾਂਦਾ ਇਹਨੇ ਟਾਈਮ। ਅੱਛਾ ਜੀ, ਉਹ ਕਹਿੰਦੇ ਕਿ ਉਹ ਐਪਲੀਕੇਸ਼ਨ ਨੰਬਰ ਫੇ ਜਿੱਦਾਂ ਮੈਂ ਮੈਡੀਕਲ, ਉਹ ਮੈਨੂੰ ਉਹ ਨਹੀਂ ਜੀ ਸਮਝ ਲੱਗੀ ਸੀਗੀ, ਜਿੱਦਾਂ ਕਹਿੰਦੇ ਸੀਗੇ ਕਿ ਮੈਡੀਕਲ ਦੇ ਨਾਲ ਉਹ ਵਾਈਫ ਆਪਣੀ ਦੀ ਵੀ ਐਪਲੀਕੇਸ਼ਨ ਉਹ ਸਟੱਡੀ ਦੀ ਲਾਉਣੀ ਆ, ਉਹ ਕਿਸ ਤਰ੍ਹਾਂ ਦਾ? ਦੈਟਸ ਰਾਈਟ, ਉਹ ਗੱਲਾਂ ਥੋੜੀ ਜਿਹੀ ਨਾ ਸੈਪਰੇਟ, ਸਟੈਪ ਬਾਈ ਸਟੈਪ ਇਸ ਤਰ੍ਹਾਂ ਹੈ। ਸਟੱਡੀ ਪਰਮਿਟ ਜਦ ਉਹ ਅਪਲਾਈ ਕਰਦੇ ਆ, ਉਹਨਾਂ ਦਾ ਜਿਹੜਾ ਫਾਈਲ ਨੰਬਰ ਹੋਏਗਾ, ਫਾਈਲ ਨੰਬਰ ਤੁਸੀਂ ਇਹਨਾਂ ਨੂੰ ਵੀਜ਼ਾ ਅਫਸਰ ਨੂੰ ਦੱਸਣਾ ਕਿ ਵੀ ਆਹ ਫਾਈਲ ਨੰਬਰ ਹੈ, ਤੇ ਉਹ ਅੰਦਰੋਂ ਸਿਸਟਮ ਤੋਂ ਚੈੱਕ ਕਰ ਸਕਦੇ ਆ ਵੀ ਉਹ ਫਾਈਲ ਕਿੱਥੇ ਆ ਜੀ, ਅਪਰੂਵ ਹੋ ਰਹੀ ਹੈ ਨਹੀਂ ਹੋ ਰਹੀ ਹੈ। ਭਾਵੇਂ ਉਹ ਐਕਚੁਅਲ ਸਟੱਡੀ ਪਰਮਿਟ ਆਏ ਨਾ ਆਏ, ਲੇਕਿਨ ਉਹਨਾਂ ਨੂੰ ਫਾਈਲ ਨੰਬਰ ਨੂੰ ਟਰੈਕ ਕਰ ਸਕਦੇ ਆ ਕਿ ਵੀ ਹਾਂ ਵੀ ਸਟੱਡੀ ਪਰਮਿਟ 5 ਨੂੰ ਮਿਲਣਾ ਨਹੀਂ ਮਿਲਣਾ, ਕਿਉਂਕਿ ਉਹ ਸਟੱਡੀ ਪਰਮਿਟ ਦੇ ਬੇਸ ਤੇ ਤੁਹਾਨੂੰ ਡਿਪੈਂਡੈਂਟ ਵੀਜ਼ਾ ਮਿਲਣਾ ਹੈ, ਨੰਬਰ 1। ਠੀਕ ਹੈ, ਹਾਂਜੀ ਹਾਂਜੀ ਉਹਨਾਂ ਦੂਸਰਾ ਨੇ ਜਿਸ ਹਾਂਜੀ ਦੂਸਰਾ ਜੋ ਹਾਂਜੀ ਮੈਡੀਕਲ, ਜੋ ਮੈਡੀਕਲ ਹੈ ਨਾ ਮੈਡੀਕਲ, ਤੁਸੀਂ ਕਿ ਇਹ ਪੈਨਲ ਫਿਜ਼ੀਸ਼ੀਅਨ ਤੋਂ ਕਰਾਓਗੇ, ਜੇ ਕੈਨੇਡੀਅਨ ਆਥੋਰਾਈਜ਼ਡ ਡਾਕਟਰ ਹੈ ਇੱਥੇ ਪੰਜਾਬ, ਉਹਨਾਂ ਤੋਂ ਕਰਾਓਗੇ, ਤੁਹਾਨੂੰ ਇੱਕ ਰਸੀਦ ਰਸੀਦ ਦੇਣਗੇ, ਉਹ ਰਸੀਦ ਨੰਬਰ ਵੀ ਤੁਸੀਂ ਇਹਨਾਂ ਨੂੰ ਈਮੇਲ ਕਰ ਦੇਣੀ ਕੈਨੇਡੀਅਨ ਵੀਜ਼ਾ ਜਿਹੜੇ ਹਾਈ ਕਮਿਸ਼ਨ ਨੂੰ ਕਿ ਵੀ ਆਹ ਮੇਰਾ ਮੈਡੀਕਲ ਨੰਬਰ ਹੈ, UMI ਨੰਬਰ ਹੁੰਦਾ ਹੈ, ਜਾਂ ਸੋਰੀ IMEI ਨੰਬਰ। ਸੋ ਉਸ ਨੰਬਰ ਨੂੰ ਲੈ ਕੇ ਫਿਰ ਉਹ ਟਰੈਕ ਕਰ ਸਕਦੇ ਕਿ ਵੀ ਡਾਕਟਰ ਨੇ ਕੋਈ ਗਲਤ ਐਡਵਾਂਸ ਰਿਪੋਰਟ ਤਾਂ ਨਹੀਂ ਦਿੱਤੀ ਕਿਸੇ ਇਸ ਐਪਲੀਕੈਂਟ ਨੂੰ, ਸੋ ਉਹ ਵੀ ਅੰਦਰ ਦੇ। ਸੋ ਇਹ ਸਾਰੀ ਇਨਫੋਰਮੇਸ਼ਨ ਉਹਨਾਂ ਨੂੰ ਚਾਹੀਦੀ ਹੈ ਕਿ ਵੀ ਤੁਹਾਡੇ ਜਿਹੜੇ ਮਨਜ਼ੂਰੀ ਮਿਲੇ। ਹਾਂਜੀ, ਤੇ ਇੱਕ ਦਾ ਉਹ ਵਾਈਫ ਆਪਣੀ ਦਾ ਵੀ ਉੱਥੇ SPS ਤੋਂ ਕਰਾਇਆ ਸੀਗਾ, ਅਪੋਲੋ ਹਸਪੀਟਲ ਜਿਹੜਾ ਲੁਧਿਆਣੇ ਉੱਥੋਂ ਕਰਾਇਆ ਸੀਗਾ ਉਦੋਂ, ਤੇ ਮੈਂ ਵੀ ਸੋਚਦਾ ਕਿ ਉੱਥੋਂ ਹੀ ਕਰਾਉਣਾ ਮੈਂ ਵੀ ਉਹ, ਤੇ ਉਹ ਮਤਲਬ ਕਿ ਜਦੋਂ ਆਪਣਾ ਪੂਰਾ ਮੈਡੀਕਲ ਹੋ ਜਾਂਦਾ ਉਹ ਆਪ ਹੀ ਮੇਲ ਕਰ ਦਿੰਦੇ ਹੁੰਦੇ ਉਹ।
ਦੈਟਸ ਰਾਈਟ, ਮੇਲ ਕਰਨ ਦੀ ਲੋੜ ਨਹੀਂ, ਅੱਜ ਕੱਲ੍ਹ ਇਲੈਕਟ੍ਰੋਨਿਕ ਸਿਸਟਮ ਹੈ, ਉੱਥੇ ਡਾਕਟਰ ਆਪਣੇ ਆਪ ਹੀ ਉੱਥੋਂ ਇਨਫੋਰਮੇਸ਼ਨ ਟ੍ਰਾਂਸਮਿਟ ਕਰ ਦਿੰਦੇ ਆ, ਤੁਹਾਡਾ ਜੋ ਰਿਜ਼ਲਟ ਹੈ ਉਹ ਕੈਨੇਡੀਅਨ ਸਰਕਾਰ ਨੂੰ ਚਲਾ ਜਾਂਦਾ ਹੈ ਕਿ ਵੀ ਇਹਦੇ ਵਿੱਚ ਕੁਛ ਕੁਛ ਐਡਵਰਸ ਕੋਈ ਰਿਪੋਰਟ, ਗਲਤ ਰਿਪੋਰਟ ਨਿਕਲੀ ਤੇ ਨਹੀਂ। ਹਾਂਜੀ, ਮੈਂ ਬਸ ਇਹ ਸੀਗਾ ਡਾਊਟ ਮੇਰਾ, ਫਿਰ ਚਲੋ ਉਹਨਾਂ ਨੇ ਮੇਰੀ ਮੈਡੀਕਲ ਦੀ ਤਾਂ ਚਲੋ ਉਹਨਾਂ ਨੇ ਆਪ ਸੈਂਡ ਕਰ ਦੇਣੀ ਹੈ ਨਾ, ਤੇ ਬਾਅਦ ਵਿੱਚ ਜਿਹੜੀ ਉਹ ਕਹਿੰਦੇ ਸੀਗੇ ਕਿ ਜਿਹੜੀ ਤੇਰੇ ਵਾਈਫ ਦਾ ਉਹ ਸਟੱਡੀ ਪਰਮਿਟ ਦੀ ਈਮੇਲ ਜਿਹੜੀ ਆ ਉਹ ਕੀ ਅਪਰੂਵਲ ਆ ਜਾਂਦੀ ਆ ਕਿ ਅੱਗੇ ਵੱਧ ਗਿਆ ਵੀਜ਼ਾ, ਉਹ ਆਪਾਂ ਕਿੱਦਾਂ ਮਤਲਬ ਉਹਨਾਂ ਨੂੰ ਭੇਜਾਂਗੇ? ਉਹ ਵਾਈਫ ਨੂੰ ਆਏਗੀ, ਉਹ ਵਾਈਫ ਨੂੰ ਆਏਗੀ, ਉਹ ਉਹਦੇ ਉਹ ਉਹ ਗਾਂ ਤੁਹਾਨੂੰ ਫਾਰਵਰਡ ਕਰ ਸਕਦੀ ਹੈ ਉਸ ਚੀਜ਼ ਨੂੰ। ਤੁਸੀਂ ਤੁਸੀਂ ਦੋ ਤਰੀਕੇ ਨਾਲ ਕਰ ਸਕਦੇ ਹੋ, ਦਿੱਲੀ ਹਾਈ ਕਮਿਸ਼ਨ ਨੂੰ ਫਾਰਵਰਡ ਕਰ ਦਿਓ, ਉਹਨਾਂ ਦੇ ਈਮੇਲ ਐਡਰੈਸ ਦਿੱਤੇ ਹੋਏ ਆ ਵੈਬਸਾਈਟ ਤੇ, ਉੱਥੋਂ ਕਰ ਸਕਦੇ ਹੋ, ਜਾਂ ਜਿਹੜਾ IRCC ਵੈਬ ਫਾਰਮ ਹੈ, ਵੈਬ ਫਾਰਮ ਤੇ ਵੀ ਅਪਲੋਡ ਕਰਕੇ ਦੱਸ ਸਕਦੇ ਹੋ ਕਿ ਵੀ ਮੇਰੇ ਵਾਈਫ ਦਾ ਇਹ ਆ ਗਿਆ ਇਨਫੋਰਮੇਸ਼ਨ। ਹਾਂਜੀ ਹਾਂਜੀ, ਉਹਨਾਂ ਨੇ ਮੈਨੂੰ ਇਦਾਂ ਹੀ ਕਿਹਾ ਸੀਗਾ, ਕਹਿੰਦੇ ਆਪਣੀ ਵਾਈਫ ਦਾ ਜਿਹੜਾ ਸਟੱਡੀ ਪਰਮਿਟ ਜਦੋਂ ਆ ਗਿਆ ਉਹ ਸਾਡੇ ਹਾਈ ਕਮਿਸ਼ਨ ਤੇ ਤੁਸੀਂ ਫੋਰਵਰਡ ਕਰ ਦੇਣਾ ਆ, ਤੇ ਆਪਣਾ ਜਿਹੜਾ ਤੁਸੀਂ ਹੁਣ ਆਪਣਾ ਉਹ ਰੀਨਿਊ ਕਰਾਉਣਾ ਪਾਸਪੋਰਟ, ਤੇ ਉਹਦੀ ਪਹਿਲੇ ਪਾਸਪੋਰਟ ਪੁਰਾਣੇ ਦੀ ਉਹ ਵੀ ਨਾਲ ਸੈਂਡ ਕਰ ਦੇਣੀ ਆ, ਕਹਿੰਦੇ ਏਦਾਂ ਮੈਨੂੰ। ਬਿਲਕੁਲ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਨਵਾਂ ਪਾਸਪੋਰਟ ਜਦ ਤੁਹਾਡਾ ਬਣੇਗਾ, ਇਸ਼ੂ ਹੋ ਜਾਏਗਾ, ਤਾਂ ਪਤਾ ਲੱਗੇਗਾ ਕਿ ਵੀ ਹਾਂ ਇੱਥੇ ਵੀਜ਼ਾ ਲਾਣਾ ਹੈ ਆਪਾਂ ਪੁਰਾਣੇ ਦੇ ਨਹੀਂ। ਹਾਂਜੀ, ਕੋਈ ਗੱਲ ਨਹੀਂ, ਇਹ ਸਾਰੇ ਰੂਟੀਨ ਦੇ ਵਰਕ ਨੇ, ਕੋਈ ਚੱਕਰ ਨਹੀਂ। ਪਰ ਅਹਿਮ ਚੀਜ਼ ਹੈ ਕਿ ਮਨਜ਼ੂਰੀ ਉਹਨਾਂ ਨੇ ਦਿੱਤੀ, ਬਸ ਇੰਨਾ ਹੀ ਬਹੁਤ ਹੈ। ਹਾਂਜੀ, ਬਾਅਦ ਵਿੱਚ ਜਦੋਂ ਉੱਠਣ ਲੱਗੇ ਫੇਰ ਕਹਿੰਦੇ ਚਲੋ ਹੁਣ ਕਹਿੰਦੇ ਉੱਥੇ ਗੁਰਦੁਆਰੇ ਜਾ ਕੇ ਮੱਥਾ ਟੇਕਿਓ। ਅੱਛਾ, ਵਾਹ ਵਾਹ, ਠੀਕ ਹੈ ਠੀਕ ਹੈ, ਕਮਾਲ ਹੋ ਗਿਆ ਫਿਰ ਤੇ, ਠੀਕ ਹੈ। ਗੱਲਾਂ ਹੋ ਗਈਆਂ, ਮੈਂ ਤੁਹਾਨੂੰ ਉਦਾਂ ਹੁਣ ਤਾਂ ਚਲੋ ਰਿਕਾਰਡਿੰਗ ਹੁੰਦੀ ਪਈ ਆ, ਤੁਹਾਨੂੰ ਉਦਾਂ ਮੈਂ ਗੱਲਾਂ ਦੱਸ ਦੂੰਗਾ ਜੋ ਜੋ ਉਹਨਾਂ ਨੇ ਮੇਨਲੀ ਜਿੱਦਾਂ ਬਹੁਤ ਡੂੰਘਾਈ ਵਿੱਚ ਵੀ ਗੱਲਾਂ ਹੋਈਆਂ ਤੇ। ਨਹੀਂ ਕੋਈ ਕੋਈ ਚੱਕਰ ਨਹੀਂ, ਮੈਨੂੰ ਮੈਨੂੰ ਆਈਡੀਆ ਹੈ, ਮੈਨੂੰ ਪਤਾ ਲੱਗਿਆ ਕਿਹੜੇ ਕਿਹੜੇ ਸਵਾਲ ਪੁੱਛੇ ਗਏ ਤੁਹਾਡੇ ਤੋਂ। ਪਰ ਮੈਂ ਤੇ ਸਿਰਫ ਇੱਕ ਗੱਲ ਤੁਹਾਡੇ ਤੋਂ ਇਹ ਜ਼ਾਹਿਰ ਕਰਵਾਉਣੀ ਸੀ ਕਿ ਬਈ ਇੰਟਰਵਿਊ ਦਾ ਪ੍ਰੈਕਟਿਸ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ ਜੀ। ਮੈਂ ਤਾਂ ਕਹਿੰਦਾ ਜੀ, ਜਿੱਦਾਂ ਜਿਹੜਾ ਹੁਣ ਹੋਰ ਬੈਂਕ ਵਿੱਚ ਜਾਂ ਉਹ ਆਪਣਾ ਜੁਆਇੰਟ ਭਾਵੇਂ ਨਾ ਹੋਵੇ, ਮਗਰ ਪਾਸਪੋਰਟ ਤੇ ਨਾਮ ਵਾਈਫ ਦਾ ਬਹੁਤ ਜ਼ਰੂਰੀ ਆ, ਬਹੁਤ ਜ਼ਿਆਦਾ। ਉਹਨਾਂ ਦਾ ਦੇਖ ਲਓ, ਜਦੋਂ ਆਪਾਂ ਪਾਸਪੋਰਟ ਦੇਣਾ, ਉਹਨਾਂ ਨੇ ਜਾਂਦੇ ਆਪਣੇ ਕੋਲ ਪਾਸਪੋਰਟ ਲੈਣਾ ਹੀ ਲੈਣਾ ਜੀ ਉਹਨਾਂ ਨੇ, ਤੇ ਉਹ ਜਦੋਂ ਲੈਣਾ ਆ ਉਹਨਾਂ ਨੇ ਇਹੀ ਦੇਖਣਾ ਕਿ ਵਾਈਫ ਦਾ ਨਾਮ ਚੜਿਆ ਆ, ਤੇ ਉਹ ਫੇਰ ਹੀ ਆਪਣਾ ਅੱਗੇ ਤੋਂ ਆਪਣੀ ਕਾਰਵਾਈ ਉਹ ਸ਼ੁਰੂ ਕਰਦੇ ਆ। ਜੇ ਮੇਰੇ ਹਿਸਾਬ ਨਾਲ ਉਹ ਠੀਕ ਹੈ ਤੁਹਾਡੇ ਤੋਂ ਲਿਆ, ਲੇਕਿਨ ਬਾਕੀ ਬਹੁਤ ਸਾਰੇ ਕਲਾਇੰਟ ਉਹਨਾਂ ਦਾ ਨਹੀਂ ਲਿਆ, ਇਹ ਕੋਈ ਜ਼ਰੂਰੀ ਹੈ, ਠੀਕ ਹੈ। ਇਟਸ ਐਨ ਇੰਪੋਰਟੈਂਟ ਡਾਕੂਮੈਂਟ, ਮਤਲਬ ਮੈਂ ਨਹੀਂ ਕਹਿ ਰਿਹਾ ਕਿ ਉਹਦੀ ਮੈਂ ਕੱਟ ਉਸ ਚੀਜ਼ ਉਸ ਡਾਕੂਮੈਂਟ ਦੀ ਮੈਂ ਇੰਪੋਰਟੈਂਸ ਘਟਾ ਨਹੀਂ ਰਿਹਾ, ਲੇਕਿਨ ਜ਼ਰੂਰੀ ਹੈ, ਲੇਕਿਨ ਸਾਰੇ ਤੋਂ ਨਹੀਂ ਲਿਆ। ਹਾਂਜੀ ਹਾਂਜੀ, ਉਹਨਾਂ ਨੇ ਫੇਰ ਜਾਂਦੇ ਇਸ ਤੋਂ ਬਾਅਦ ਰਾਈਟ ਡਾਊਨ ਨਾਲ ਨਾਲ ਕਰੀ ਜਾਂਦੇ ਸੀਗੇ, ਉਹ ਉਹਨਾਂ ਦਾ ਰਜਿਸਟਰ ਸੀ, ਉਹ ਨਾਲ ਨਾਲ ਹੀ ਰਾਈਟ ਡਾਊਨ ਆਪਣਾ ਕਰੀ ਜਾਂਦੇ ਸੀਗੇ। ਬਸ ਉਹਨਾਂ ਨੇ ਮੇਰੇ ਤੋਂ ਬਸ ਇਹ ਪੁੱਛਿਆ ਕਿ ਵਾਈਫ ਦਾ ਨਾਮ ਕੀ ਆ, ਤੇ ਸਟੱਡੀ ਕੀ ਕਰਦੀ ਆ ਉਹ, ਤੇ ਕਿਹੜੀ ਕਿਹੜੇ ਕਾਲਜ ਆ ਜਾਂ ਯੂਨੀਵਰਸਿਟੀ ਆ ਜਾਂ ਸਕੂਲ, ਇੱਦਾਂ ਉਹਨਾਂ ਨੇ ਕਿਹਾ, ਉਹ ਦੱਸਿਆ ਮੈਂ, ਤੇ ਸਟੱਡੀ ਕਿੰਨੇ ਤੋਂ ਕਿੰਨੇ ਤੱਕ ਆ ਉਹਨਾਂ ਦੀ, ਕਿ ਉਹਦੀ ਡੇਟ ਕੀ ਆ। ਬਸ ਇਸ ਤੋਂ ਬਾਅਦ ਉਹਨਾਂ ਨੇ ਫੇਰ ਰਿਲੇਸ਼ਨਸ਼ਿਪ ਮਾੜਾ ਮੋਟਾ ਪੁੱਛਿਆ, ਤੇ ਬਸ ਇੱਕ ਮੇਰੇ ਹਿਸਾਬ ਨਾਲ 10-11 ਮਿੰਟ ਦੀ ਸੀਗੀ ਮੇਰੀ ਇੰਟਰਵਿਊ ਇਹ, ਤੇ ਲਾਸਟ ਹੀ ਮੈਂ ਸੀਗਾ, ਕੋਈ ਨੀ ਸੀਗਾ ਬਾਹਰ ਜਦੋਂ ਮੈਂ ਬਾਹਰ ਆਇਆ ਨਾ ਕੋਈ, ਤੇ ਸਾਰੇ ਆਫਿਸ ਜਿੱਦਾਂ ਅੱਗੇ ਉਹ ਕਹਿੰਦੇ ਸਾਊਥ ਦੇ ਆ ਜਾਂਦੇ ਆ, ਉਹ ਕੋਈ ਨੀ ਸੀਗੇ, ਕੱਲਾ ਸਰਦਾਰ ਜੀ ਸੀਗੇ ਉਹ। ਸਰਬਜੀਤ, ਤੁਹਾਡੀ ਕਿਸਮਤ ਵਧੀਆ ਹੈ, ਜਿਹੜੇ ਪੁਰਾਣੇ ਆਪਾਂ ਸੋਚਦੇ ਸੀ ਸਾਊਥ ਇੰਡੀਅਨ ਸੀ ਕੁੜੀ, ਉਹ ਜਿਹੜੀ ਜਨਾਨੀ ਉਹ ਜਿਹੜੇ ਲੋਕਾਂ ਨੂੰ ਟਫ ਟਾਈਮ ਦਿੰਦੀ ਸੀ ਸਾਰਿਆਂ ਤੋਂ, ਉਹ ਪਤਾ ਨੀ ਹਿਲ ਗਈ ਸ਼ਾਇਦ ਉੱਧਰ, ਕੁਛ ਆ ਤੁਹਾਡਾ ਸਾਹਮਣੇ ਨਹੀਂ ਆਏ। ਚਲੋ ਵਧੀਆ ਹੋ ਗਿਆ, ਇਹ ਸਮਾਂ ਵਧੀਆ ਚੱਲ ਰਿਹਾ, ਮੌਸਮ ਬਾਹਰ ਚੱਲ ਰਹੀ ਹੈ ਵੀਜ਼ਾ ਦੀ, ਤੇ ਸਪਾਊਸ ਵੀਜ਼ਾ ਦੇ ਇੰਟਰਵਿਊ ਆ ਰਿਹਾ ਜਿਹੜਾ ਸਾਰਿਆਂ ਨੂੰ ਮਿਲੀ ਜਾਂਦਾ। ਬਾਕੀ ਮਿਹਨਤ ਜੀ ਬਹੁਤ ਕੀਤੀ, ਮੈਂ 4-4-5-5 ਘੰਟੇ ਲਗਾਤਾਰ ਵੀ ਪੜ੍ਹਦਾ ਰਿਹਾ ਮੈਂ, ਜਿੱਦਾਂ ਤੁਸੀਂ ਜਿਹੜੇ ਭੇਜੇ ਸੀਗੇ ਮੈਨੂੰ 52 ਕੁਐਸਚਨ ਸੀਗੇ, ਉਹ ਤੋਂ ਬਾਅਦ ਵੀ ਮੈਂ ਆਪਣੇ ਵੱਲੋਂ ਵੀ ਕਿੰਨੇ ਲਿਖੇ, ਘੱਟੋ ਘੱਟ 25-26 ਆਪਣੇ ਆਪ ਨੂੰ ਵੀਡੀਓ ਤੇ ਬਣਾ ਕੇ ਮੈਂ ਆਪਣੇ ਆਪ ਨੂੰ ਸਵਾਲ ਜਵਾਬ ਪੁੱਛ ਕੇ ਇੱਦਾਂ ਸਾਰਾ ਬਹੁਤ ਪ੍ਰੈਕਟਿਸ ਕੀਤੀ ਮੈਂ ਲਗਾਤਾਰ। ਇਹ ਗੱਲ ਤੇ ਸਾਬਿਤ ਹੋ ਗਈ ਹੈ, ਹੋ ਰਹੀ ਹੈ, ਰੋਜ਼ ਹੀ ਸਾਬਿਤ ਹੋ ਰਹੀ ਹੈ ਕਿ ਇੰਟਰਵਿਊ ਦੀ ਪ੍ਰੈਕਟਿਸ ਜਾਂ ਤਿਆਰੀ ਦੇ ਬਗੈਰ ਇੰਟਰਵਿਊ ਜਾਣਾ ਇੱਕ ਬਹੁਤ ਵੱਡਾ ਰਿਸਕ ਲੈਣਾ ਹੈ, ਤੇ ਜਿੰਨਾ ਤੁਸੀਂ ਆਪਣੇ ਆਪ ਨੂੰ ਉਸ ਕੁਐਸਚਨਸ ਤੋਂ ਆਪਣੇ ਆਪ ਨੂੰ ਫੈਮਿਲੀਅਰ ਕਰੋਗੇ ਤਾਂ ਤੁਹਾਨੂੰ ਆਨਸਰ ਦਾ ਪਤਾ ਲੱਗੇਗਾ, ਤੁਹਾਨੂੰ ਉੱਥੇ ਜਿਹੜਾ ਸੋਚ ਕੇ ਵੀ ਇਹ ਜਵਾਬ ਕੀ ਦੇਣਾ ਨਹੀਂ ਦੇਣਾ, ਇਹ ਤੁਹਾਡਾ ਟਾਈਮ ਘੱਟ ਜਾਏਗਾ, ਤੁਹਾਡੇ ਕੋਲ ਜਵਾਬ ਤਿਆਰ ਹੋਏਗਾ, ਜਿਹਦੇ ਨਾਲ ਬਹੁਤ ਬਹੁਤ ਹੀ ਸਿਚੁਏਸ਼ਨ ਚੇਂਜ ਹੋ ਸਕਦੀ ਹੈ। ਹਾਂਜੀ ਹਾਂਜੀ, ਜਦੋਂ ਮੈਂ ਨਾ ਉਹ ਅੰਦਰ ਬੈਠਾ ਸੀਗਾ ਤੇ ਮੇਰੀ ਸੀਗੀ ਇੰਟਰਵਿਊ 2:30 ਵਜੇ ਤੋਂ ਥੋੜੀ ਲੇਟ ਹੋ ਗਈ ਮੇਰੀ, 2:30 ਵਜੇ ਸੀਗੀ ਓਦਾਂ,
ਤੇ 2:30 ਵਜੇ ਹੋਰ ਮੁੰਡੇ ਨੂੰ ਬੁਲਾ ਲਿਆ ਤੇ ਉਹ ਬੁਲਾਉਣ ਤੋਂ ਪਹਿਲਾਂ ਮੇਰੇ ਕੋਲ ਬੈਠਾ, ਉਦੋਂ ਉਹਨੇ ਮੇਰੇ ਡਾਕੂਮੈਂਟ ਦੇਖੇ, ਉਹ ਤਾਂ ਹੈਰਾਨ ਹੋ ਗਿਆ, ਕਹਿੰਦਾ ਭਾਜੀ ਇੰਨਾ ਕੁਛ ਲੱਗਦਾ ਨਾਲੇ ਦੇ। ਹਾਂਜੀ 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 ਨਹੀਂ ਕਈ ਕਈ ਕਈਆਂ ਦੇ ਜਿਹੜੇ ਮੈਂ ਫਾਈਲਾਂ ਦੇਖਦਾ ਇੱਥੇ ਪੰਜਾਬ 'ਚ ਜਿਹੜੇ ਲਾਉਂਦੇ ਆ, ਮਤਲਬ ਉਹ ਮੈਂ ਖੁਦ ਮੈਂ ਇਹ ਦੇਖਦਾ ਕਿ ਵੀ ਤੁਹਾਡੇ ਕੁਛ ਲਾਇਆ ਹੀ ਨਹੀਂ ਕਿਸੇ ਨੇ, ਵੀ ਉਹ ਕਹਿੰਦੇ ਨੇ ਜੀ ਸਾਡੀ ਜੀ ਫਾਈਲ 25,000 'ਚ ਲਾ ਦਿੱਤੀ ਜੀ, 50,000 'ਚ ਲਾ ਦਿੱਤੀ ਜੀ। ਮੈਂ ਕਿਹਾ ਲੱਗਤੇ ਗਈ 25,000 ਸਸਤੇ 'ਚ, ਲੇਕਿਨ ਇਹ ਤੁਹਾਡਾ ਰੋਣਾ ਨਿਸ਼ਚਿਤ ਹੈ ਕਿ ਤੁਸੀਂ ਰੋਗੇ ਕਿਉਂਕਿ ਫਾਈਲ ਦੇ ਕੁਛ ਹੈ ਹੀ ਨਹੀਂ। ਉਹ ਬਾਕੀ ਫਿਰ ਉਹ ਰੋਂਦੇ ਆਉਂਦੇ ਕਿ ਵੀ ਰਿਜੈਕਟ ਹੋ ਗਿਆ। ਸਰ ਬਹੁਤ ਸਹੀ ਗੱਲ ਆ ਜੀ, ਮੈਨੂੰ ਸੁਖਮਨ ਭਾਜੀ ਨੇ ਜੋ ਜੋ ਕਿਹਾ, ਮੈਂ ਨਿੱਕੀ ਤੋਂ ਨਿੱਕੀ ਚੀਜ਼ ਲੈ ਕੇ ਗਿਆ ਸੀਗਾ ਤੇ ਇੱਕ ਫਾਈਲ ਵਿੱਚ ਉਹ ਪਲਾਸਟਿਕ ਦੇ ਜਿਹੜੇ ਹੁੰਦੇ ਬੈਗ ਹੁੰਦੇ ਆ, ਉਹਨਾਂ ਨੂੰ ਸੇਬਿਆਂ ਦੇ ਨਾਲ ਬੰਨ ਕੇ ਲਾਈਨ ਵਾਈਜ਼ ਘੱਟੋ ਘੱਟ 10, ਤੇ ਉਹਨਾਂ ਵਿੱਚ ਡਾਕੂਮੈਂਟ ਪਾ ਕੇ ਬਾਹਰ ਸਲਿੱਪ ਲਾ ਕੇ ਉੱਤੇ ਲਿਖਿਆ ਹੋਇਆ ਸੀਗਾ ਕਿ ਆਹ ਡਾਕੂਮੈਂਟ ਇਹਦੇ ਵਿੱਚ ਆ, ਉਹ ਸਾਰਾ ਜਿੱਦਾਂ ਪ੍ਰੋਪਰ ਸਾਰਾ ਕੁਝ ਲੈ ਕੇ ਗਿਆ ਕਿ ਉਹ ਮੰਗਦੇ ਸੀਗੇ, ਮੈਂ ਉਦੋਂ ਹੀ ਉਹਨਾਂ ਨੂੰ ਕੱਢ ਕੇ ਦਿੰਦਾ ਸੀਗਾ ਕਿ ਟਾਈਮ ਨਾ ਲੱਗੇ। ਚਲੋ ਤੁਹਾਡੀ ਸਾਡੀ ਮਿਹਨਤ ਰੰਗ ਰੰਗ ਲਿਆਈ ਹੈ ਤੇ ਤੁਸੀਂ ਹੁਣ ਜਾਓਗੇ ਕੈਨੇਡਾ ਮੇਰੇ ਖਿਆਲ ਕੁਛ ਇੱਕ ਹਫ਼ਤਿਆਂ ਸ਼ਾਇਦ ਮਹੀਨੇ ਤੱਕ, ਤੇ ਤੁਹਾਨੂੰ ਮੈਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੇ ਕੰਗ੍ਰੈਚੁਲੇਸ਼ਨ ਸਾਰੇ ਤੁਹਾਡੇ ਜਿਹੜੇ ਮਿਹਨਤ ਤੁਸੀਂ ਕੀਤੀ ਹੋਈ ਹੈ, ਤੇ ਫਿਰ ਕਿਸੇ ਟਾਈਮ ਤੁਸੀਂ ਆਓਗੇ ਕੈਨੇਡਾ ਅਗਰ ਐਡਮਿੰਟਨ ਆਓਗੇ ਤੇ ਤੁਸੀਂ ਜ਼ਰੂਰ ਤੁਸੀਂ ਦਰਸ਼ਨ ਦਿਓ, ਜਾਂ ਫਿਰ ਅਗਰ ਜੇ ਮੇਰਾ ਆਏਗਾ ਆਉਣਾ ਹੋਏਗਾ ਟੋਰੋਂਟੋ ਤੇ ਫਿਰ ਦੇਖਦੇ ਹਾਂ ਤੁਹਾਡੇ ਨਾਲ। ਬਾਕੀ ਥੈਂਕ ਯੂ ਵੈਰੀ ਮਚ ਫੋਰ ਯੋਰ ਟਾਈਮ, ਤੇ ਮੈਨੂੰ ਬਹੁਤ ਬਹੁਤ ਖੁਸ਼ੀ ਹੋਈ ਤੁਹਾਡਾ ਕੰਮ ਹੋਇਆ, ਤੇ ਫਿਰ ਆਪਾਂ ਕਿਸੇ ਟਾਈਮ ਸੰਯੋਗ ਹੋਇਆ ਤੇ ਮਿਲਾਂਗੇ ਕੈਨੇਡਾ। ਜ਼ਰੂਰ ਜੀ ਜ਼ਰੂਰ, ਮੈਂ ਭਾਜੀ ਨੂੰ ਵੀ ਕਹਿੰਦਾ ਸੀ, ਮੈਂ ਕਿਹਾ ਤੁਹਾਨੂੰ ਇੱਕ ਵਾਰ ਮਿਲ ਲਾਂ ਮੈਂ। ਹਾਂਜੀ ਹਾਂਜੀ ਤੁਸੀਂ ਉਹ ਵੈਨਕੂਵਰ ਹੈ ਐਕਚੁਅਲੀ, ਸੌਰੀ ਸਰੀ ਹੈ, ਤੇ ਜ਼ਰੂਰ ਜ਼ਰੂਰ ਤੁਸੀਂ ਆਪਣਾ ਅਗਰ ਤੇ ਪਨਾਓਗੇ ਜ਼ਰੂਰ ਮਿਲ ਕੇ ਆਓ। ਠੀਕ ਹੈ ਸਰ, ਹਾਂਜੀ ਠੀਕ ਹੈ, ਥੈਂਕ ਯੂ ਵੈਰੀ ਮੱਚ, ਥੈਂਕ ਯੂ ਗੰਗਾ ਸਿੰਘ, ਥੈਂਕ ਯੂ ਵੈਰੀ ਮੱਚ, ਥੈਂਕ ਯੂ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।